ਭਾਵੇਂ ਕਿੱਡਾ ਕੋਈ ਮਹਾਨ ਹੋਵੇ, ਉਹਦੇ ਬੁੱਤ ਕਦੇ ਨਹੀਂ ਪੂਜੀ ਦੇ ਧਾਰੀ ਗੁਰੂ ਬਣਾਈਏ ਨਾ। ਗੱਲ ਆਖਾਂ ਤੁਹਾਨੂੰ ਦੂਜੀ, ਇਹ ਗੱਲ ਤੀਜੀ ਸਪਸ਼ਟ ਮੈਂ ਕਰਦੇ ਹਾਂ, ਧੋ ਪੈਰ ਕਿਸੇ ਦੇ ਪੀਓ ਨਾ, ਕੋਈ ਧਾਗੇ ਪਾਰ ਉਤਾਰਨਗੇ, ਕਦੇ ਇਸ ਵਹਿਮ ਵਿੱਚ ਜੀਓ ਨਾ। ਚੌਥੀ ਗੱਲ ਘਿਓ ਦੇ ਦੀਵੇ ਦੀ, ਘਿਓ ਸਾੜ ਦਿੱਤਾ ਪਰ ਖਾਇਆ ਨਹੀਂ, ਉੱਚੀ ਉੱਚੀ ਬੋਲ ਕੇ ਇੱਥੇ ਰੱਬ ਕਿਸੇ ਨੇ ਪਾਇਆ ਨਹੀਂ, ਉੱਚੀ ਉੱਚੀ ਬੋਲ ਕੇ ਇੱਥੇ ਰੱਬ ਕਿਸੇ ਨੇ ਪਾਇਆ ਨਹੀਂ। ਘਰ ਘਰ ਦੇ ਪਰਸਨਲ ਬਾਬੇ ਨੇ, ਲੁੱਟ ਜਿਸਮਾਂ ਦੀ ਕਦੇ ਦਾਜ ਦੀਏ, ਧਰਮਾਂ ਦੇ ਨਾਂ ਤੇ ਵੰਡ ਦਿੱਤਾ। ਗੱਲ ਪੰਜਵੀਂ ਇਹ ਪੰਜਾਬ ਦੀਏ, ਧਰਮਾਂ ਦੇ ਨਾਂ ਤੇ ਵੰਡ ਦਿੱਤਾ। ਗੱਲ ਪੰਜਵੀਂ ਇਹ ਪੰਜਾਬ ਦੀਏ। ਗੱਲ ਛੇਵੀਂ ਦੇ ਵਿੱਚ ਦੱਸਦੇ ਹਾਂ, ਇੱਕ ਪੰਥ ਚੋਂ ਪੰਥ ਕਈ ਹੋ ਗਏ ਨੇ, ਕਈ ਫੂਕ ਕੰਨਾਂ ਵਿੱਚ ਮਾਰਦੇ ਨੇ, ਕਈ ਲੱਸੀ ਨਾਲ ਪੱਥਰ ਧੋ ਰਹੇ ਨੇ। ਨੰਬਰ ਸੱਤਵਾਂ ਉਹਨਾਂ ਲਈ ਜਿਸ ਮਨ ਮਤ ਨਵੀਂ ਚਲਾ ਲਈਏ, ਬੜੇ ਗਧੀ ਫੂਕ ਮੈਂ ਦੇਖ ਰਿਹਾ, ਜਿਨ੍ਹਾਂ ਦੁਨੀਆਂ ਪਿੱਛੇ ਲਾ ਲਈਏ, ਬੜੇ ਗਧੀ ਫੂਕ ਮੈਂ ਵੇਖ ਰਿਹਾ, ਜਿਨ੍ਹਾਂ ਦੁਨੀਆਂ ਪਿੱਛੇ ਲਾ ਲਈਏ। ਅੱਠਵੀਂ ਗੱਲ, ਰੱਬ ਸਭ ਭੁੱਲ ਗਏ ਨੇ, ਗੁਰੂ ਘਰਾਂ 'ਚ ਦਾਰੂ ਚੜ੍ਹਦੀ ਏ, ਪੈਗੰਬਰਾਂ ਨੇ ਵੀ ਜ਼ੋਰ ਲਾਇਆ, ਪਰ ਦੁਨੀਆਂ ਕਿੱਥੇ ਹਟਦੀ ਏ। ਗੱਲ ਨੌਵੀਂ, ਦੇ ਕੇ ਗੋਤੇ ਕੋਈ, ਦੇਹਾਂ 'ਚੋਂ ਭੂਤ ਭਜਾਉਂਦਾ ਏ, ਕਿਸੇ ਗਾਇਕ ਰੱਖੇ ਐਡ ਲਈ, ਕੋਈ ਜੈੱਡ ਸਿਕਿਉਰਿਟੀ 'ਚ ਆਉਂਦਾ ਏ। ਗੱਲ ਦਸਵੀਂ, ਦਸਾਂ ਦੀ ਕਿਰਤ ਦੀ ਏ, ਜਿਹਨੇ ਕੀਤੀ ਉਹਨੇ ਸੁੱਖ ਪਾਇਆ ਏ, ਮਨੀ ਸਿਆਂ ਬਾਕੀ ਇਸ ਦੁਨੀਆਂ ਦਾ, ਕਦੇ ਭੇਤ ਕਿਸੇ ਨਾ ਪਾਇਆ ਏ, ਮਨੀ ਸਿਆਂ ਬਾਕੀ ਇਸ ਦੁਨੀਆਂ ਦਾ, ਕਦੇ ਭੇਤ ਕਿਸੇ ਨਾ ਪਾਇਆ ਏ, ਔਰ ਕਦੇ ਭੇਤ ਕਿਸੇ ਨਾ ਪਾਇਆ ਏ।